ਨਿਸ਼ਚਿੰਤ ਹੋ ਕੇ ਤੁਸੀਂ ਵੋਟਾਂ ਪਾਓ। ਮੇਰੀ ਤਰਫੋਂ ਤੁਹਾਡਾ ਆਦਰ ਮਾਨ ਸਤਿਕਾਰ ਔਰ ਕੰਮ ਵੱਲ ਕੋਈ ਕਮੀ ਨਹੀਂ ਰਹੂਗੀ, ਨਿਸ਼ਚਿੰਤ ਰਹੋ। ਠੀਕ ਹੈ, ਔਰ ਇਹ ਟੀਮ ਸੱਚੀ ਸੁੱਚੀ ਟੀਮ ਅੱਜ ਕਾਂਗਰਸ ਪਾਰਟੀ ਨੂੰ ਜਦੋਂ ਸਮਰਥਨ ਦਿੱਤਾ ਹੈ ਤਾਂ ਨਿਸ਼ਚਿਤ ਤੌਰ 'ਤੇ ਰੋੜੀ 'ਚ ਵੀ ਮਜ਼ਬੂਤ ਹੈ ਅਤੇ ਕਾਲਾ ਵੀ ਹਲਕੇ 'ਚ ਵੀ, ਮੈਨੂੰ ਪਤਾ ਇਹਨਾਂ ਦੇ ਪੂਰੇ ਸੰਬੰਧ ਹੈ। ਮੈਂ ਦੇਖਿਆ ਲਹਿੰਗੇ ਵਾਲਾ ਸੂਰਤੀਆ ਨੇੜੇ ਨੇੜੇ ਪਿੰਡਾਂ 'ਚੋਂ ਮਜ਼ਦੂਰ ਹੋਣ ਸਾਰੀ ਟੀਮਾਂ ਆਈ ਹੈ ਅਤੇ ਇਸ ਇਲਾਕੇ 'ਚ ਸਾਨੂੰ ਮਜ਼ਬੂਤੀ ਮਿਲੀ ਹੈ ਅਤੇ ਨਰਦੇਵ ਸਿੰਘ ਅਤੇ ਪੂਰੀ ਟੀਮ ਦਾ ਮੈਂ ਇੱਕ ਵਾਰ ਫਿਰ ਤੈਅ ਦਿਲੋਂ ਧੰਨਵਾਦ ਕਰਦਾ ਔਰ ਸਾਰੇ ਪਿੰਡ ਦਾ ਵੀ, ਸਾਰੇ ਪਿੰਡ ਦਾ ਤਾਂ ਧੰਨਵਾਦ ਹੈ ਹੀ ਹੈ। ਇੱਕ ਦੋ ਦਿਨਾਂ 'ਤੇ ਪ੍ਰੋਗਰਾਮ ਵਧੀਆ ਰੱਖਾਂਗੇ, ਰਾਜਾ ਵੜਿੰਗ ਸਾਹਿਬ ਆ, ਜਪਿੰਦਰ ਹੋਟਾ ਜੀ ਨੂੰ ਲੈ ਕੇ ਆਵਾਂਗੇ ਉਸ ਦਿਨ ਵੀ ਪਿੰਡ ਦਾ, ਪਰ ਅੱਜ ਤੁਹਾਡੀ ਜੁਆਇਨਿੰਗ ਹੈ ਭਾਈ। ਠੀਕ ਹੈ, ਸਾਡਾ ਪਰਿਵਾਰ, ਸਾਡੇ ਪਰਿਵਾਰ 'ਚ ਆ ਰਹੇ ਹੋ ਤੁਸੀਂ, ਸਾਡਾ ਫਰਜ਼ ਬਣਦਾ ਹੈ ਬਾਕੀ ਪਿੰਡ ਵਾਲਿਆਂ ਦਾ, ਸਾਡੇ ਤੁਹਾਡੇ ਵਾਸਤੇ, ਤੁਹਾਡਾ ਮਾਨ ਸਨਮਾਨ ਵਾਸਤੇ ਆਏ ਹਾਂ ਅਤੇ ਸਭ ਦਾ ਬਹੁਤ ਬਹੁਤ ਧੰਨਵਾਦ। ਓਫੀਸ਼ਲੀ ਜ਼ਿੰਮੇਵਾਰੀ ਦੇਤੀ ਆ, ਉਹ ਸਾਡੀ ਗੱਲ ਹੁੰਦੀ ਰਹਿੰਦੀ ਸੀ ਪਰ ਅੱਜ ਆਫਿਸ ਪਾਰਟੀ ਜਿੰਦਾਬਾਦ। ਬਿਲਕੁਲ, ਅੱਜ ਅਸੀਂ ਜਿਸ ਥਾਂ 'ਤੇ ਖੜੇ ਹਾਂ, ਅੱਜ ਨਰਦੇਵ ਸਿੰਘ ਜੀ ਅਤੇ ਪੂਰੇ ਸਾਥੀਆਂ ਦੇ ਸਾਥ ਸ਼ਾਮਿਲ ਹੋਏ ਕਾਂਗਰਸ ਪਾਰਟੀ ਨੂੰ ਅਤੇ ਕਾਂਗਰਸ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ ਔਰ ਜਿਹੜਾ ਮਾਹੌਲ ਕਾਂਗਰਸ ਦੇ ਪ੍ਰਤੀ ਸੀ ਲੋਕਾਂ ਦਾ, ਉਸ ਰੁਝਾਨ ਨੂੰ ਹੋਰ ਇਹਨਾਂ ਨੇ ਵਧਾਇਆ ਹੈ, ਜਿਹੜੀ ਜਿੱਤ ਦਾ ਮਾਰਜਨ ਹੈ ਉਹ ਹੋਰ ਵਧਾਇਆ ਔਰ ਇਹ ਬਹੁਤ ਵਧੀਆ ਬੰਦੇ ਇਲਾਕੇ 'ਚ, ਪਿੰਡ 'ਚ ਇਹਨਾਂ ਦਾ ਬਹੁਤ ਅੱਛਾ ਸੁਖੈਰ, ਪੂਰੇ ਸਿਰਫ ਰੋੜੀ ਨਹੀਂ ਨੇੜੇ ਨੇੜੇ ਪਿੰਡਾਂ 'ਚ ਵੀ ਇਹਨਾਂ ਦੀ ਜਿਹੜੀ ਟੀਮ ਹੈ ਅੱਜ ਸਾਰੀ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਹਰਿਆਣਾ ਦੇ ਵਿੱਚੋਂ ਕਾਂਗਰਸ ਦੀ ਸਰਕਾਰ ਬਣ ਜਾ ਰਹੀ ਹੈ, ਇਸ ਨੂੰ ਰੋਕਣ ਦੇ ਲਈ ਅਦਰਸ ਪਾਰਟੀਆਂ ਦੇ ਵੱਲੋਂ ਗੱਠਜੋੜ ਕੀਤੇ ਜਾ ਰਹੇ ਨੇ, ਅੱਜ ਮਾਇਆਵਤੀ ਜੀ ਵੀ ਸਿਰਸਾ ਦੇ ਵਿੱਚ ਆ। ਦੇਖੋ, ਇਹ ਸਿਰਫ ਆਪਣੀ ਆਪਣੀ ਸੀਟਾਂ ਬਚਾਉਣ ਤੋਂ ਕਵਾਇਤ ਹੈ, ਤੁਸੀਂ ਦੇਖਿਆ ਕਿ ਕਿਵੇਂ ਕਾਂਡਾ ਜੀ ਦਾ ਗਠਬੰਧਨ ਹੋਇਆ ਇਹਨਾਂ ਦੇ ਨਾਲ, ਫਿਰ ਕਹਿੰਦੇ ਜੀ ਬੀਜੇਪੀ ਦਾ ਉਮੀਦਵਾਰ ਨੇ ਫਾਰਮ ਚੱਕ ਲਿਆ, ਸਾਰੇ ਮਿਲ ਕੇ ਲੜ ਰਹੇ ਨੇ ਬੀਜੇਪੀ ਔਰ ਇਹ, ਅੱਜ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਜੀ ਬੀਜੇਪੀ ਦੀ ਤਾਨਾਸ਼ਾਹੀ ਦੇ ਖਿਲਾਫ ਹੈ। ਬੀਜੇਪੀ ਨੇ ਜਿਹੜੀ ਕਿਸਾਨ ਮਜ਼ਦੂਰ ਵਪਾਰੀ ਸਾਡੀ ਭੈਣਾਂ, ਖਿਲਾੜੀ ਭੈਣਾਂ, ਨਰਸ ਭੈਣਾਂ ਜਿਹੜੇ ਅੱਤਿਆਚਾਰ ਕੀਤੇ ਹੈ ਸਰਪੰਚਾਂ 'ਚ, ਨੰਬਰਦਾਰਾਂ 'ਚ, ਉਹਦਾ ਬਦਲਾ ਲੈਣਾ ਚਾਹੁੰਦੇ ਹੈ, ਪਰ ਕੋਈ ਬੀਜੇਪੀ ਦੇ ਨਾਲ ਮਿਲ ਕੇ ਸਾਂਠ ਗਾਂਠ ਕਰਕੇ ਕੋਈ ਚੁਣਾਵ ਲੜਦਾ ਹੈ, ਲੋਕ ਸਾਰੀ ਚੀਜ਼ ਸਮਝਦੇ ਆ। ਰੋੜੀ ਦਾ ਬਹੁਤ ਬਹੁਤ ਧੰਨਵਾਦ, ਇੱਕ ਤਰਫਾ ਕੰਮ ਹੈ, ਹੁਣ ਮੈਂ ਰਾਈਆ ਪੱਤੀ ਤੋਂ ਵੀ ਆਇਆ, ਉੱਥੇ ਵੀ ਸਾਰੀ ਰਾਈਆ ਪੱਤੀ ਨੇ ਸਮਰਥਨ ਦਿੱਤਾ, ਅੱਜ ਇੱਥੇ ਸਾਡੀ ਪੱਤੀ ਨੇ ਦੇ ਤਾ, ਅੱਗੇ ਫਿਰ ਤੀਜੀ ਪੱਤੀ, ਹੁਣ ਤਿੰਨ ਚਾਰ ਪ੍ਰੋਗਰਾਮ ਹੈ, ਇੱਕ ਤਰਫਾ ਮਾਹੌਲ ਹੈ। ਜਿਹੜੇ ਪ੍ਰੋਮਿਸ ਲਗਾਤਾਰ ਕੀਤੇ ਜਾ ਰਹੇ ਨੇ ਸਰਕਾਰ ਬਣਨ ਤੋਂ ਬਾਅਦ ਪੂਰੇ ਹੋਣਗੇ? ਬਿਲਕੁਲ, ਠੀਕ ਨੀਅਤ 'ਤੇ ਬੰਦਾ ਹੈ, ਠੀਕ ਨੀਅਤ ਜਦੋਂ ਬੰਦੇ ਦੀ ਠੀਕ ਹੋਏ ਤਾਂ ਵਾਹਿਗੁਰੂ ਪਰਮਾਤਮਾ ਆਸ਼ੀਰਵਾਦ ਦਿੰਦਾ ਹੈ ਕਿ ਕਰਦਾ ਚੱਲ ਕੰਮ। ਜਿੱਥੇ ਬੁਰਾਈ ਹੁੰਦੀ ਹੈ ਉਹਦੀ ਉਮਰ ਛੋਟੀ ਹੁੰਦੀ ਹੈ, ਬੁਰਾਈ ਦੀ ਉਮਰ 5 ਤੋਂ ਲੈ ਕੇ 10 ਸਾਲ ਮੰਨੀ ਗਈ ਹੈ, ਪਰ ਅਛਾਈ ਦੀ ਉਮਰ ਹੈ ਉਹ ਲੰਬੀ ਹੁੰਦੀ ਹੈ, ਅਸੀਂ ਚੰਗੇ ਕੰਮ ਕਰਨੇ ਆ, ਬੇਫਿਕਰ ਹੋ। ਹਾਂ, ਜਿਹੜੇ ਅਸੀਂ ਪਹਿਲੇ ਵੀ ਇਸ ਮੁੱਦੇ ਨੂੰ ਕਈ ਵਾਰ ਪਸ਼ੂ ਮੰਡੀਆਂ ਦੇ ਮੁੱਦੇ ਨੂੰ ਵਿਧਾਨ ਸਭਾ 'ਚ ਚੁੱਕਿਆ ਔਰ ਜਿਹੜਾ
ਟੈਕਸ ਲਾਇਆ ਗਿਆ ਹੈ। ਅਸੀਂ ਮੁੱਖ ਮੰਤਰੀ ਜਦੋਂ ਕਾਂਗਰਸ ਦਾ ਬਣੂਗਾ ਇਹਨਾਂ ਤੋਂ ਮੈਮੋਰੰਡਮ ਲੈ ਕੇ ਅਸੀਂ ਇਹਨਾਂ ਨੂੰ ਮਿਲਾ ਕੇ ਉਹਨੂੰ ਕੱਟ ਕਰਾਉਣ ਦਾ ਕੰਮ ਕਰਾਂਗੇ।